ਇਹ 3-3.5 ਕਿਲੋਮੀਟਰ ਦਾ ਇੱਕ ਟੋਟਾ ਐਸਾ ਹੈ ਕਿ ਜਿਸੀ 5 ਸਾਲ ਹੋਈ ਇਹਨਾਂ ਕੰਮ ਲੱਗੇ ਦੇ, ਲੇਕਿਨ ਅਜੇ ਤੱਕ ਇਹ ਕੰਪਲੀਟ ਨਹੀਂ ਹੋਇਆ। ਹਰ ਸਾਲ ਆਉਂਦੇ ਨੇ ਕੰਮ ਸੇ ਕੰਮ ਵੀ ਕਾਗਜ਼ ਪੱਤਰ ਵਿੱਚ 4-5 ਵਾਰੀ ਰੋਡ ਬਣ ਚੁੱਕੇ ਦਾ, ਨਾ ਸਾਡੇ ਇੱਥੇ ਕੋਈ ਗੱਡੀ ਦਾ ਸਾਧਨ ਹੈ ਨਾ ਕੋਈ ਕੁਛ ਹੈ। ਪੁਲ ਦੀ ਕੋਈ ਇਹਨੇ ਲੈਵਲ ਨਹੀਂ ਬਣਾਇਆ ਦਾ ਕਿ ਕਿੰਨਾ ਪੁਲ ਦੀ ਸਲੋਪ ਬਣਨੀ ਹੈ ਕੋਈ ਪੁਲ ਤੇ। ਬੱਚੇ ਹੀ ਬੜੀ ਪਰੇਸ਼ਾਨੀ ਹੈ, ਗੱਡੀ ਨਹੀਂ ਲੰਘਦੀ। ਕਿ ਸਾਡੇ ਇਸ ਰੋਡ ਦੀ ਜਿਹੜੀ ਸੁਣਾਈ ਆ, ਜਲਦ ਤੋਂ ਜਲਦ ਕਾਰਵਾਈ ਚੱਕ ਕੀਤੀ ਜਾਏ, ਜਿਹੜਾ ਗੌਰਮੈਂਟ ਦੇ ਫੰਡ 'ਚੋਂ ਜਿੰਨਾ ਵੀ ਮਤਲਬ ਰੁਪਿਆ ਆਦਾ ਇਹਦੀ ਪੂਰੀ ਤਕਾਕੀਦ ਕੀਤੀ ਜਾਏ। ਕੰਮ ਲੱਗੇ ਦੇ ਘੱਟੋ ਘੱਟ ਵੀ 3 ਸਾਲ ਹੋਈ ਆ। ਅੱਛਾ, ਇੱਥੇ ਗੱਡੀ ਲੱਗਣੀ ਚਾਹੀਦੀ, ਗੱਡੀ ਬੜੀ ਪਰੇਸ਼ਾਨੀ ਹੈ, ਲੋਕ ਰੋਜ਼ ਪੈਦਲ ਆ ਦੇ ਰਹੇ, ਪੈਦਲ ਪਰੇਸ਼ਾਨੀ। ਜਿੱਦਾਂ ਕਿ ਤੁਸੀਂ ਰੋਡ ਦਿਖਾ ਰਹੇ ਹੋ, ਜਿਹੜਾ ਕਿ ਪਿਛਲੇ 3 ਸਾਲ ਹੋਇਆ ਕੰਮ ਲੱਗੇ ਦੇ ਇਸ ਰੋਡ ਕੀ, ਅਤੇ ਅੱਜ ਤੱਕ ਇਹ ਰੋਡ ਕੰਪਲੀਟ ਨਹੀਂ ਹੋਈ ਪਾਇਆ। ਔਰ ਇਸ ਰੋਡ 'ਤੇ ਇਹ ਚਲਾ ਰਹੇ ਹੋ ਕਾਫੀ ਜ਼ਿਆਦਾ ਬੱਜਰੀ ਜਿਹੜੀ ਖਿਲਰੀ ਦੀ ਹੈ, ਮੋਟਰਸਾਈਕਲ ਗੱਡੀਆਂ ਚੱਲਣ 'ਚ ਵੈਸੇ ਦਿਖਾ ਰਹੇ ਕਿ ਕਾਫੀ ਜ਼ਿਆਦਾ ਲੋਕਾਂ ਦੀ ਜਿਹੜੀ ਪਰੇਸ਼ਾਨੀ ਹੋ ਰਹੀ, ਗੱਡੀ ਚਲਾਉਂਦੇ ਵੀ ਮੋਟਰਸਾਈਕਲ ਚਲਾਉਂਦੇ ਵੀ ਕਾਫੀ ਜ਼ਿਆਦਾ ਜਿਹੜੀ ਕਿ ਪਰੇਸ਼ਾਨੀ ਹੋ ਰਹੀ ਹੈ। ਤਾਂ ਔਰ ਜਿਹੜੇ ਇਸ ਪਿੰਡ ਵਿੱਚ ਜਿਹੜੇ ਕਿ ਲੋਕ ਕੰਮ 'ਤੇ ਜਾਂਦੇ ਨੇ, ਕਿਹੜੇ ਨੌਜਵਾਨ ਕੰਮ 'ਤੇ ਜਾਂਦੇ ਨੇ, ਅਤੇ ਕਈ ਜਿਹੜੇ ਕਿ ਸਟੂਡੈਂਟ ਜਿਹੜੇ ਨੇ ਸਕੂਲ 'ਤੇ ਜਾਂਦੇ ਨੇ ਜਿਹੜੇ, ਤਾਂ ਕਈ ਉਹਨੇਗੀ ਵੀ ਜਿਹੜੀ ਮੈਟਾਡੋਰ ਫੜਨੇ ਵਾਸਤੇ ਜਾਂ ਬੱਸ ਫੜਨੇ ਵਾਸਤੇ ਉਹਨੇਗੀ ਜਿਹੜਾ ਕਿ 3 ਕਿਲੋਮੀਟਰ ਦੂਰ ਮੀਰਾ ਸਾਹਿਬ ਤੋਂ ਜਿਹੜੇ ਮੇਨ ਰੋਡ ਇਹਨੇ ਲੱਗਦਾ, ਮੀਰਾ ਸਾਹਿਬ ਤੋਂ ਮੇਨ ਮੈਟਾਡੋਰ ਜਾਂ ਬੱਸ ਫਿਰ ਲੱਭਦੀ ਹੈ ਇਹਨੇਗੀ। ਤਾਂ ਇਹ ਜਿਹੜਾ ਰੋਡ ਹੈ ਇਹ ਤੁਹਾਨੂੰ ਦੱਸਿਆ ਕਿ ਮੀਰਾ ਸਾਹਿਬ ਦੇ ਕੋਈ 2-3 ਕਿਲੋਮੀਟਰ ਅੰਦਰ ਮੇਸ਼ੀਆਂ ਗ੍ਰਾਮ ਪੈਂਦਾ, ਜਿਹੜੇ ਕਿ ਰੋਡ ਦੇ ਕੰਨੇ 3-4 ਗ੍ਰਾਮ ਲੱਗਦੇ ਨੇ, ਜਿਹੜਾ ਕਿ ਕੀਰ ਪਿੰਡ ਹੈ, ਮੇਸ਼ੀਆਂ ਔਰ ਤੂਤੜਾਂ ਔਰ ਗਾਜ਼ੀਆਂ ਔਰ ਲਾਵਲ ਚੱਕ, ਇਹ 3-4 ਪਿੰਡ ਨੇ ਜਿਹੜੇ ਇਹ ਰੋਡ ਦੇ ਕੰਨੇ ਅਟੈਚ ਚੱਲਦੇ ਨੇ। ਔਰ ਇਹਨੇ 3-4 ਪਿੰਡੇ ਜੀ ਕਾਫੀ ਜ਼ਿਆਦਾ ਜਿਹੜੀ ਪ੍ਰੋਬਲਮ ਆ ਰਹੀ ਹੈ ਰੋਡ ਦੀ ਵਜ੍ਹਾ ਕਾਰਨ। ਤੋ ਇਹਨੇ 3-4 ਪਿੰਡੇ ਦੀ ਜਿਹੜੀ ਮੰਗ ਆ ਉਹ ਇਹੋ ਮੰਗ ਹੈ ਕਿ ਰੋਡ ਸਾਡਾ ਜਲਦੀ ਤੋਂ ਜਲਦੀ ਜਿਹੜਾ ਬਣਿਆ ਜਾਏ। ਮੇਸੀਆਂ ਗ੍ਰਾਮ ਦਾ ਰਹਿਣ ਵਾਲਾ ਸ਼ਖਸਾਂ ਜੀ, ਮੈਂ ਆਪਣੇ ਰੋਡ ਕੋਲ ਇੰਨਾ ਜ਼ਿਆਦਾ ਪਰੇਸ਼ਾਨ ਹੈ ਕਿ ਇਹ ਮੇਸੀਆਂ ਕੋਲੋਂ ਲਈਏ ਅਤੇ ਆਪਣੇ ਮੀਰਾ ਸਾਹਿਬ ਤੱਕ ਇਹ 3-3.5 ਕਿਲੋਮੀਟਰ ਦਾ ਇੱਕ ਟੋਟਾ ਐਸਾ ਹੈ ਕਿ ਜਿਸੀ 5 ਸਾਲ ਹੋਈ ਇਹਨੇ ਕੰਮ ਲੱਗੇ ਦੇ, ਲੇਕਿਨ ਅਜੇ ਤੱਕ ਇਹ ਕੰਪਲੀਟ ਨਹੀਂ ਹੋਇਆ। ਕੈਂਕਰਾ ਪਾਉਂਦੇ ਨੇ, ਚਲੀ ਜਾਂਦੇ ਨੇ, ਕਦੇ ਪਲੰਥ ਕੱਢਣਾ ਸ਼ੁਰੂ ਹੋ ਜਾਂਦੇ ਨੇ। ਇਹ ਪਲੰਥ ਸਾਨੂੰ ਇੰਨੀ ਤੰਗੀ ਹੋ ਰਹੀ ਹੈ ਕਿ ਤਾਂ ਕਿ ਸਾਡੇ ਕੋਈ ਵਿਆਹ ਕਾਰਜ ਹੁੰਦਾ ਤਾਂ ਵੀ ਸਾਨੂੰ ਕੋਈ ਗੱਡੀ ਦੇਈਏ ਪਸੰਦ ਨਹੀਂ ਕਰਦਾ। ਜੇ ਅਗਰ ਸਾਡੇ ਬੱਚੇ ਸਕੂਲ ਜਾਂਦੇ ਨੇ, ਸਾਡੇ ਬੱਚਿਆਂ ਕੋਲੋਂ ਸਕੂਲ ਵਾਲੇ ਗੱਡੀਆਂ ਜਿਹੜੀਆਂ ਨੇ ਉਹ ਛੀਨੀ ਲੈ ਦੀਆਂ ਨੇ ਕਿ ਤੁਹਾਡੇ ਗ੍ਰਾਂ ਦੇ ਵਿੱਚ ਰੋਡ ਇੰਨੀ ਹਨ, ਸਾਡੀ ਬੜੀ ਨੁਕਸਾਨ ਹੁੰਦਾ ਜਨਾਬ, ਇੰਨਾ ਅਸੀਂ ਤੁਹਾਡੇ ਕੋਲ ਕਿਰਾਇਆ ਨਹੀਂ ਲੈਂਦੇ ਜਿੰਨੇ ਸਾਡੇ ਮੀਨਸ ਕਿ ਇਹਦੇ ਪਰ ਗੱਡੀਆਂ ਪਰ ਖਰਚਾ ਹੋ ਜਾਂਦਾ। ਅਤੇ ਮੈਂ ਆਪਣੀ ਸਰਕਾਰ ਅੱਗੇ ਹੀ ਹੱਥ ਬੰਨੀਏ ਬੇਨਤੀ ਕਰਨਾ ਕਿ ਜਿੰਨੀ ਤੋਲੇ ਵੀ ਹੁੰਦਾ ਸਾਡਾ ਪਹਿਲਾਂ ਰੋਡ ਦੇ ਬਾਰੇ 'ਚ ਦੇਖੋ ਕਿ ਤਾਂ ਕਿ ਸਾਨੂੰ ਕੋਈ ਵੀ ਬਿਮਾਰ ਹੋ ਜਾਂਦਾ ਸਾਨੂੰ ਤਾਂ ਪਰੇਸ਼ਾਨੀ ਹੁੰਦੀ ਹੈ, ਜੇ ਕੋਈ ਵਿਚਾਰਾ ਰਿਸ਼ਤੇਦਾਰ ਆਉਣਾ ਤਾਂ ਵੀ ਪਰੇਸ਼ਾਨੀ ਹੁੰਦੀ ਹੈ। ਇਸ ਟਾਈਮ ਸਰਕਾਰ ਵਿੱਚ ਕੋਈ ਵੀ ਨਾ ਕੋਈ ਵੀ ਸਰਕਾਰ ਸਾਡੇ ਵਾਲੀ ਸਾਈਡ ਧਿਆਨ ਨਹੀਂ ਕਰਾਉਂਦੀ ਹੈ, ਲੇਕਿਨ ਜਿਸ ਟਾਈਮ ਵੋਟਾਂ ਲੈਣੇ ਦੀ ਵਾਰੀ ਆਉਣੀ ਆ ਸਾਰੇ ਪੁੱਜੀ ਜਾਣਾ ਇੱਥੇ ਬੜੇ ਆਰਾਮ ਕੰਨੇ, ਔਰ ਸਾਡੇ ਲੋਕਾਂ ਹੀ ਗਰਮਾ ਕਰਨਾ ਅਤੇ ਵੋਟਾਂ ਵਾਟਾਂ ਲੈ ਲੈਣੀਆਂ ਅਤੇ ਫਿਰ ਇਹਨੇ ਚਲੀ ਜਾਣਾ। ਲੇਕਿਨ ਸਾਡੇ ਗ੍ਰਾਂ ਦੇ ਵਾਸਤੇ ਕੋਈ ਨਹੀਂ ਇਸ ਟਾਈਮ ਕਰ ਨਾ ਦਿਖਿਆ ਦਾ ਸਾਡੇ ਗ੍ਰਾਂ ਦੀ ਸਾਈਡ ਤਾਂ ਨਾ ਕੁਛ। ਅਤੇ ਮੈਂ ਸਰਕਾਰ ਅੱਗੇ ਹੀ ਹੱਥ ਬੰਨੀਏ ਬੇਨਤੀ ਕਰਨਾ ਕਿ ਜਿਹੜਾ ਸਾਡਾ ਇਹ ਰੋਡ ਹੈ ਮੇਸ਼ੀਆਂ ਕੋਲ ਲਈਏ ਮੀਰਾ ਸਾਹਿਬਾ ਤੱਕ, ਅਜੇ ਤੱਕ ਕੰਪਲੀਟ ਨਹੀਂ ਹੋਇਆ। ਅਤੇ ਮੈਂ ਇਹ ਹੱਥ ਬੰਨੀਏ ਬੇਨਤੀ ਹੈ ਕਿ ਜਿੰਨੀ ਤੋਲੇ ਹੁੰਦਾ ਅਤੇ ਇਸ ਰੋਡ ਕੀ ਕੰਪਲੀਟ ਕੀਤਾ ਜਾਏ। ਜੈ ਹਿੰਦ ਜੈ ਭਾਰਤ। ਸਾਡਾ ਜਿਹੜਾ ਰੋਡ ਹੈ ਜਲਦੀ ਜਲਦੀ ਬਣਾਉਣਾ ਚਾਹੀਦਾ, 2 ਸਾਲ ਹੋਇਆ, 3 ਕਿਹੜਾ ਕੰਮ ਲੱਗੇ ਦਾ, ਬੱਚੇ ਦੀ ਬੜੀ ਪਰੇਸ਼ਾਨੀ ਹੈ, ਗੱਡੀ ਆਉਣੀ ਜਾਣੀ 'ਚ ਪਰੇਸ਼ਾਨੀ ਹੈ, ਜਲਦੀ ਜਲਦੀ ਬਣਨਾ ਚਾਹੀਦਾ ਇਹ ਰੋਡ। ਤੁਹਾਨੂੰ ਇਹ ਕਾਫੀ ਕਿੰਨੇ ਚਿਰ ਦਾ ਰੋਡ ਹੈ ਜਿਹੜਾ ਕੰਮ ਜਿਹੜਾ ਬੰਦ ਹੋਇਆ ਤੁਸੀਂ ਸੁਣਾ ਸਕਦੇ ਹੋ? ਹਾਂ, 3 ਸਾਲ ਤੋਂ ਹੀ ਹੈ ਬੰਦ। 3 ਸਾਲ ਹੋਏ। ਇਹ ਕੀ ਰੋਡ ਦਾ, ਕੀ ਕੋਈ ਠੇਕੇਦਾਰ ਆਉਂਦੇ ਕੰਮ ਕਰਦੇ, ਕੀ ਕਿੰਨਾ ਬੰਦ ਹੋਇਆ ਕੰਮ ਹੈ? ਇਹ ਬੰਦ ਹੋਇਆ, ਇਹਦੇ ਪਲੰਥ ਕੱਢਦੇ ਆਸੇ ਪਿੱਛੋਂ ਪੈਸਾ ਨਹੀਂ ਮਿਲਦਾ ਪਿਆ। ਅੱਛਾ, ਠੇਕੇਦਾਰਾਂ ਦਾ ਕਹਿਣਾ ਕਿ ਪਿੱਛੋਂ ਪੈਸਾ ਨਹੀਂ ਆ, ਨਾ ਪੈਸਾ ਨਹੀਂ ਮਿਲਦਾ ਪਿਆ, ਇਸ ਦਾ ਕੰਮ ਬੰਦ ਹੈ। ਠੀਕ ਹੈ। ਸਾਡਾ ਰੋਡ ਜਿਹੜਾ ਬਣਨਾ ਚਾਹੀਦਾ ਜਲਦੀ ਤੋਂ ਜਲਦੀ, ਬੱਚੇ ਹੀ ਬੜੀ ਪਰੇਸ਼ਾਨੀ ਹੈ, ਗੱਡੀ ਨਹੀਂ ਲੰਘਦੀ, ਇਹ ਇੱਕ ਸਾਈਡ ਪਰ ਡੈਂਪਰ ਲੰਘਾਉਂਦੇ ਪਏ ਆ। ਔਰ ਇਹ ਜਿਹੜਾ ਤੁਸੀਂ ਦੇਖੀ ਸਕਦੇ ਹੋ ਕਿ ਇਹਨੇ ਪੁੱਲ ਬਣਾਇਆ ਦਾ, ਔਰ ਇਸ ਪੁੱਲ ਦੀ ਕੋਈ ਇਹਨੇ ਲੈਵਲ ਨਹੀਂ ਬਣਾਇਆ ਦਾ ਕਿ ਕਿੰਨਾ ਪੁੱਲ ਦੀ ਸਲੋਪ ਬਣਨੀ ਹੈ ਕੋਈ ਪੁੱਲ ਤੇ। ਇਹ ਰੋਡ ਦੇਖੋ, 2 ਰੋਡ ਲੱਗਦੇ ਨੇ ਇਸ ਪੁੱਲ ਕੰਨੇ, ਤੇ ਅਗਰ ਇਹਨੇ ਜਿਸ ਹਿਸਾਬ ਦਾ ਪੁੱਲ ਬਣਾਇਆ ਦਾ ਤੇ ਇਹਦੀ ਵਜ੍ਹਾ ਕਾਰਨ 1 ਰੋਡ ਤੇ ਬੰਦ ਹੀ ਹੋ ਜਾਣਾ। ਜਿਸ ਹਿਸਾਬ ਦੀ ਇਹ ਪੁੱਲ ਦੀ ਸਲੋਪ ਦੇਣਗੇ ਜਾਂ ਕੁਛ ਵੀ ਕਰਨਗੇ ਤਾਂ ਇਹ ਦੂਸਰਾ ਰੋਡ ਜਿਹੜਾ ਬੰਦ ਹੋ ਜਾਣਾ। ਆਪਣੇ ਹਿਸਾਬ ਦਾ ਇਹਨੇ ਰੋਡ ਬਣਾਇਆ ਦਾ, ਔਰ ਬਣਾਈਏ ਤੇ ਆਪੂ ਗਾਇਬ ਹੋਈ ਇਹਦੇ ਨੇ। ਅੱਛਾ, ਇੱਥੇ ਗੱਡੀ ਲੱਗਣੀ ਚਾਹੀਦੀ, ਗੱਡੀ ਬੜੀ ਪਰੇਸ਼ਾਨੀ ਹੈ, ਲੋਕ ਰੋਜ਼ ਪੈਦਲ ਆ ਦੇ ਰਹੇ, ਪੈਦਲ ਪਰੇਸ਼ਾਨੀ ਹੁੰਦੀ ਹੈ, ਅਤੇ ਰੋਡ ਬਣਨਾ ਚਾਹੀਦਾ। ਔਰ ਇਹ ਕਿੰਨੀ ਦੇਰ ਤੋਂ ਰੋਡ ਦਾ ਕੰਮ ਜਿਹੜਾ ਕਿ ਬੰਦ ਹੋਇਆ?
क्या काफी चेत हो गया। मेरी सरकार अगे जनाब अगे हो बेनती है हथ बनीए कि सरकार साढ़ा जिहड़ा मीरा साहब का रोड है जिहड़ा इहदे कोई साड़ी पंचायत दे विच पंज पिंड आंदे ना जिहड़ा पूरा रोड बिलोंग करदा मतलब पंजे पिंडे की मीरा साहब तो लीए ते कीर पिंड तक मेसियां लोलचक तूतड़ा दरसोपुर ते गाजियां ये पंज पिंड लगते ना साढ़े रोड की ते इस रोड की मतलब बहुत बुरी हालत है और मेरी गौरमेंट अगे एहो अर्ज है जनाब अलका सरपंच साहब होइए अलका नायब सरपंच साहब होइए अलका जे एम एल ए साहब होइए मेरी इंदे अगे गुजारिश है कि साढ़े इस रोड की जिहड़ी सुनाई है जल्द तो जल्द कार्रवाई चक की जाए जिहड़ा गौरमेंट के फंड चू जिन्ना भी मतलब रुपया आता इहदी पूरी तकाकीद की जाए काम लगे दे घट्टो घट भी 3 साल होई है और अज तक इस रोड की कोई सुनवाई सही क्लीयर नहीं हुई है ठीक है काम अद्धा विच छड्डिए ते मतलब फिर काम बंद हो जाता 6 महीने आते 6 महीने चली जाते 6 महीने आते 6 महीने चली जाते बरसात के दिन काम लाइट दे जदों लोके लंघना हुंदा जदों सुके दिन हुंदे ते चली जाते रोड की बुरी हालत है जिहदी वजह कन्ने साढ़े पिंड के लोगों की बहुत परेशानी हो लगी दी है इसे रोड की वजह कन्ने ना तो साढ़े पिंड च कोई गड्डी लांच हो लगी दी है और जिहड़ियां लोके बेचारे माड़े लोके मेहनत करिए मजदूरी करिए अपनियां चीज़ां गड्डियां मतलब मोटरसाइकिल कुछ भी लेता तो वह भी मतलब टुटी चुके देना इस रोड दे विच इन्नी बुरी हालत है साढ़े रोड की मेरी सरकार अगे हो निवेदन है जिहड़ी भी सरकार खड़ोती दी है मौके की और जिहड़े भी चेयरमैन भी जिहड़े जनाब है ना अलका मेसियां दे दरसोपुर दे तूतड़े दे पूरी पंचायत दे जिहड़े चेयरमैन साहब ने मेरी उन्दे अगे भी इहो गुजारिश है कि हत्थ बनी बेनती है जनाब इस रोड की कार्रवाई जल्द तो जल्द करन। इस रोड में हमें काफ़ी परेशानी आती है आने जाने में, गाड़ी वगैरह कुछ नहीं लगी हुई इस रोड पे, तो जो स्टूडेंट हैं स्कूल वगैरह जाते हैं तो उनको बहुत आने जाने में परेशानी होती है और मैं गवर्नमेंट से यही अपील करता हूँ कि जल्द से जल्द रोड बनाया जाए। और ये रोड कितनी देर से इस रोड का काम बंद हुआ है? ये काफी देर से बंद है। तो किसी ने कोई मुद्दा उठाया कि इस रोड का काम चलाने के लिए? नहीं चलाते भी तुम दिखा रहे हो कि जेडे मोटरसाइकिल वाले जा रहे हैं उनकी काफ़ी ज़्यादा जी प्रॉब्लम आती है गड्डिया चलाते भी। और सर मैं तो यही कहना चाहना कि जी रोड है साड़ी तो ये देखी सकते तो बड़ी बुरी हालत है हर साल आते रहे कम से कम भी कागज पत्र चार पाँच बारी रोड बनी चुके हैं ठीक है तो जिन्ने बारी भी आते खाली कैंकरा जब बजरी पाई चली जाते हैं ठीक है तो वो बाद ना कोई काम का मतलब कि रोड का कोई काम होंगे ना कोई कुछ बस ठेकेदार भी आते हैं नवे नवे टेंडर भरते जाते हैं तो जोड़े मतलब कि लोग आते हैं उन्होंने बड़ी आने की तकलीफ होंगी ना साढ़े इतने कोई गड्डी का साधन है ना कोई कुछ है अपनी गड्डी मतलब कि कोई नवी लाइए तो वो हालत बुरी होती होंगी है इस मौके तो दिखी सकते हो इन महा 7 साल होने तो मोटरसाइकिल की हालत बुरी होती है तो बस मैं यही कहना चाहना कि जल्दी तो जल्दी काम मतलब कि रोड का शुरू किया जाए। तो साथियों जिन्ना तुम्हें देखा कि अं काफ़ी साथियों कन्ने काफ़ी जेडे पिंड के लोग ने इनके कन्ने मिले हाँ तो सारे की जितों तक अं देखिए कि इको मांग है कि जल्दी तो जल्दी साड़ा जरा कि रोड बनया जाए और अह भी गौरमेंट अगे यो दरखास्त करने कि जल्दी तो जल्दी रोड की सुनवाई की जाए। ये कन्ने सानू दिओ इजाजत तो नमस्कार।